ਜੀ ਸ਼੍ਰੀ ਰਾਹੁਲ ਗਾਂਧੀ ਜੀ ਦਾ ਜਿਹੜਾ ਜੀ 54ਵਾਂ ਜਨਮ ਦਿਨ ਆ ਅਤੇ ਕਾਂਗਰਸ ਪਾਰਟੀ ਦੇ ਦਿਹਾਤੀ ਦੇ ਦਫ਼ਤਰ ਦੇ ਵਿੱਚ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਜਿਹੜਾ ਮਨਾਇਆ ਗਿਆ ਅਤੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ, ਖੂਨਦਾਨ ਮਹਾਂਦਾਨ ਜਿਸ ਨੂੰ ਬਹੁਤ ਵੱਡਾ ਦਾਨ ਮੰਨਿਆ ਗਿਆ। ਅਤੇ ਉਸ ਦੇ ਵਿੱਚ ਅੱਜ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਪਹੁੰਚੇ ਆ, ਅਤੇ ਇਸ ਤੋਂ ਇਲਾਵਾ ਜਿਹੜਾ ਵਾ ਅਸੀਂ ਵਾਤਾਵਰਨ ਨੂੰ ਬਚਾਉਣ ਦੇ ਲਈ ਅੰਮ੍ਰਿਤਸਰ ਦੇ ਆਲੇ ਦੁਆਲੇ 10 ਲੱਖ ਰੁੱਖ ਲਾ ਰਹੇ ਹਾਂ ਜਿਸ ਦੀ ਸ਼ੁਰੂਆਤ ਅਸੀਂ ਕਰਦੀ ਆ। ਅੱਜ 2000 ਰੁੱਖ ਹੋਰ ਲਗਾ ਰਹੇ ਹਾਂ ਅਤੇ ਸੈਂਕੜਿਆਂ ਦੇ ਕਰੀਬ ਜਿਹੜਾ ਅੱਜ ਨੌਜਵਾਨ ਜਿਹੜੇ ਇੱਥੇ ਖੂਨਦਾਨ ਕਰ ਚੁੱਕੇ ਹਨ। ਸੁਨੇਹਾ ਇਹੀ ਆ ਜੀ, ਅੱਜ ਦੇਸ਼ ਦੇ ਵਿੱਚ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਦਿਨੋਂ ਦਿਨ ਜਿਹੜੇ ਰੁੱਖ ਵੱਢ ਅਤੇ ਸੜਕਾਂ ਬਣਾਈ ਜਾਣ ਡਿਆ, ਜੇਕਰ ਉਹ ਸੜਕਾਂ 'ਤੇ ਚੱਲਣ ਵਾਲੇ ਇਨਸਾਨ ਹੀ ਨਹੀਂ ਜਿਉਂਦੇ ਰਹਿਣਗੇ ਤਾਂ ਫਿਰ ਸਾਡਾ ਜੀਵਨ ਕਿਸ ਕੰਮ। ਪਹਿਲਾਂ ਰਿਸ਼ੀ ਮੁਨੀ ਜਿਹੜਾ ਰੁੱਖਾਂ ਨੂੰ ਪੂਜਦੇ ਹੁੰਦੇ ਸੀਗੇ ਕਿਉਂਕਿ ਸਾਨੂੰ ਆਕਸੀਜਨ ਦਿੰਦੇ ਸੀ, ਅੱਜ ਸਾਡੇ ਲੋਕ ਇੰਨੀ ਸਪੀਡ ਦੇ ਨਾਲ ਜਿਹੜਾ ਵਾ ਅੱਗੇ ਜਾਂਦੇ ਜਾਂਦੇ ਅਸੀਂ ਜਿਹੜਾ ਵਾ ਕੁਦਰਤ ਦੇ ਨਾਲ ਛੇੜਛਾੜ ਕਰਦੇ ਕਰਦੇ ਅੱਜ ਆਪਣੇ ਆਪ ਨੂੰ ਖਤਰੇ 'ਚ ਪਾ ਲਿਆ। ਅੱਜ ਜਿਹੜੀ ਰੁੱਖਾਂ ਦੀ ਮੁਹਿੰਮ ਸ਼ੁਰੂ ਕੀਤੀ ਆ ਉਹ ਤੁਹਾਡੇ ਚੈਨਲ ਜ਼ਰੀਏ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਇੱਕ ਰੁੱਖ 'ਤੇ 100 ਸੁੱਖ। ਹੁਣ ਅਸੀਂ ਜਿਹੜਾ ਵਾ ਇਹ ਟੀਚਾ ਜਲਦ ਤੋਂ ਜਲਦ ਆਪਣਾ ਪੂਰਾ ਕਰਨਾ 10 ਲੱਖ ਰੁੱਖ ਦਾ। ਸਾਡੇ ਕਾਂਗਰਸ ਦੇ ਦੇਸ਼ ਦੇ ਵਰਿਸ਼ਠ ਨੇਤਾ ਰਾਹੁਲ ਗਾਂਧੀ ਜੀ ਦਾ ਜਨਮ 54ਵਾਂ ਜਨਮ ਦਿਨ ਆ, ਉਹਨਾਂ ਦੇ ਸੰਦੇਸ਼ ਸੀ ਕਿ ਜਿਹੜਾ ਮੇਰਾ ਜਨਮ ਦਿਨ ਆ ਕੋਈ ਖੁਸ਼ੀ ਮਨਾ ਕੇ ਨਾ ਮਨਾਇਆ ਜਾਵੇ, ਇਹਦੇ ਵਿੱਚ ਇੱਕ ਭਲਾਈ ਵਾਲੇ ਕੰਮ ਕਰਕੇ ਕੰਮ ਭਲਾਈ ਦੇ ਕੀਤੇ ਜਾਣ। ਉਹਦੇ ਲਈ ਅਸੀਂ ਸਾਡੇ ਪੰਜਾਬ ਦੇ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਮੋਹਿਤ ਮਹਿੰਦਰਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਅੰਮ੍ਰਿਤਸਰ ਯੂਥ ਕਾਂਗਰਸ ਨੇ ਬਲੱਡ ਕੈਂਪ ਲਾਇਆ ਹੈ ਅਤੇ ਉਹਦੇ ਵਿੱਚ ਅਸੀਂ 54ਵਾਂ ਰਾਹੁਲ ਜੀ ਦਾ ਜਨਮ ਦਿਨ 154 ਖੂਨ ਦੀਆਂ ਬੋਤਲਾਂ ਦੇਣ ਦਾ ਪ੍ਰਣ ਕੀਤਾ ਆ। ਉਹਦੇ ਨਾਲ ਨਾਲ ਸਾਡੇ ਅੰਮ੍ਰਿਤਸਰ ਦੇ MP ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੇ ਵੀ ਇੱਕ ਪ੍ਰਣ ਲਿਆ ਆ ਵੀ ਅਸੀਂ ਅੰਮ੍ਰਿਤਸਰ ਨੂੰ ਖੁਸ਼ਹਾਲ ਵਾਤਾਵਰਨ ਦੇਣਾ ਆ, ਗ੍ਰੀਨ ਸਿਟੀ ਬਣਾਉਣੀ ਆ। ਉਹਦੇ ਲਈ ਉਹਨਾਂ ਨੇ 10 ਲੱਖ ਪੌਦਾ ਲਾਉਣ ਦਾ ਪ੍ਰਣ ਕੀਤਾ ਅਤੇ ਉਹਦੇ ਨਾਲ ਯੂਥ ਕਾਂਗਰਸ ਜਿਹੜੀ ਆਪਣਾ ਉਹਨਾਂ ਨਾਲ ਮੋਢੇ ਨਾਲ ਮੋਢਾ ਨਾ ਜੋੜ ਕੇ ਖੜ੍ਹੀ ਆ। ਦੇਖੋ ਅੱਜ ਜਿਹੜਾ ਰਾਹੁਲ ਗਾਂਧੀ ਜੀ ਦੇ 54 ਜਨਮ ਦਿਨ ਦੇ ਉਪਲਕਸ਼ ਵਿੱਚ ਅੱਜ ਕਾਂਗਰਸ ਭਵਨ ਦਿਹਾਤੀ ਯੂਥ ਕਾਂਗਰਸ ਦੀ ਅੰਮ੍ਰਿਤਸਰ ਦੀ ਸ਼ਹਿਰੀ ਦੀ ਟੀਮ ਵੱਲੋਂ ਇੱਕ ਬਲੱਡ ਡੋਨੇਟ ਕੈਂਪ ਲਾਇਆ ਗਿਆ ਸੀ ਜਿਹਦੇ ਵਿੱਚ ਅਸੀਂ ਇੱਕ ਪ੍ਰਣ ਲਿਆ ਸੀ ਕਿ 154 ਯੂਨਿਟ ਅਸੀਂ ਬਲੱਡ ਡੋਨੇਟ ਕਰਨਾ ਤਾਂ ਜੋ ਅਸੀਂ ਮਨੁੱਖਤਾ ਦੀ ਸੇਵਾ ਕਰ ਸਕੀਏ। ਇਹ ਜਿਹੜਾ ਬਲੱਡ ਡੋਨੇਟ ਕਰਦਾ ਕਿਸੇ ਗਰੀਬ ਦੇ ਕਿਸੇ ਜਿਹਨੂੰ ਲੋੜ ਆ ਉਹਦੇ ਕੰਮ ਆ ਸਕੇ, ਉਹਦੇ ਨਾਲ ਨਾਲ ਬਲੱਡ ਡੋਨੇਟ ਕਰਨ ਦੇ ਨਾਲ ਨਾਲ ਅਸੀਂ ਜਿੰਨੇ ਵੀ ਇੱਥੇ ਸਾਡੇ ਵਲੰਟੀਅਰ ਆਏ ਵਰਕਰ ਆਏ ਜਾਂ ਯੂਥ ਦੇ ਸਾਥੀ ਆਏ ਉਹਨਾਂ ਨੂੰ ਅਸੀਂ ਇੱਕ ਪ੍ਰਣ ਦਵਾਇਆ ਗਿਆ ਕਿ ਇੱਕ ਇੱਕ ਬੰਦਾ 15-15 ਬੂਟੇ ਲਾਏਗਾ। ਉਹ ਆਪਣੇ ਜ਼ਿਆਦਾ ਨਹੀਂ, ਉਹਨੂੰ ਸਿਰਫ ਆਪਾਂ ਇੰਨਾ ਹੀ ਦਿੱਤਾ ਗਿਆ ਕਿ ਤੂੰ ਆਪਣੀ ਗਲੀ ਸਾਂਭ ਬਸ, ਕਿਉਂਕਿ ਅੱਗੇ ਪਤਾ ਕੀ ਹੁੰਦਾ ਬੂਟੇ ਵੰਡ ਦਿੰਦੇ ਲੋਕ ਲਾ ਦਿੰਦੇ ਲੇਕਿਨ ਉਹਨਾਂ ਦੇਖਭਾਲ ਨਹੀਂ ਕਰਦਾ। ਜਿਹੜਾ 15 ਬੂਟੇ ਲਾਣਗੇ 15 ਬੂਟੇ ਜਿਹੜਾ ਕੋਈ ਵੀ ਵਿਅਕਤੀ ਉਹਦੀ ਕੇਅਰ ਕਰ ਸਕਦਾ, ਉਹਦੇ ਕਰਕੇ ਹੀ ਅਸੀਂ ਉਹਨਾਂ ਨੂੰ 15-15 ਬੂਟੇ ਵੀ ਨਾਲ ਦਿੱਤੇ ਗਏ ਆ।